तलवंडी साबो विखे एक व्यापारी तो गैंगस्टर मनप्रीत सिंह मन्ना दे रिश्तेदार ते नां ते रंगदारी मंगन दा मामला सामने आया। पुलिस ने इस मामले विच रंगदारी मंगन वाले एक सरकारी मुलाजिम नूं काबू कर लिया। पुलिस ने मामला दर्ज करके जांच शुरू कर दित्ती है। पीड़िता तो पहला भी कथित तौर ते गैंगस्टर मनप्रीत सिंह मन्ना वल्लों रंगदारी मंगी गई सी, जिस विच पुलिस ने मामला दर्ज किया सी। पुलिस दी हिरासत विच ए नौजवान तलवंडी साबो दे एक पिंड दे सरकारी स्कूल विच क्लास 4 दी नौकरी करदा है, पर नशे दे आदी इस नौजवान ने अपने नशे दी पूर्ति लई तलवंडी साबो तो एक व्यापारी नूं फोन करके गैंगस्टर मनप्रीत सिंह मन्ना दा रिश्तेदार बन के रंगदारी मंगी। पीड़िता वल्लों पुलिस नूं शिकायत करन तों बाद पुलिस हरकत विच आई अते पुलिस ने इस नूं कुछ घंटे विच ही काबू कर लिया। पीड़िता दे नाल कुछ होर लोकां ਨੂੰ ਵੀ ਰੰਗਦਾਰੀ ਲਈ ਲਗਾਤਾਰ ਫੋਨ ਆ ਰਹੇ ਨੇ, ਜਿਸ ਲਈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਪਰੋਂ ਤਲਵੰਡੀ ਸਾਬੋ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਾਜ਼ਮ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿੱਤਾ ਹੈ। ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁੱਛਗਿੱਛ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਖੁਲਾਸਾ ਹੋਵੇਗਾ ਕਿ ਇਸ ਦੇ ਤਾਰ ਕਿਸ ਦੇ ਨਾਲ ਜੁੜੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਵਿੱਚ ਕੁਝ ਸਮਾਂ ਪਹਿਲਾਂ ਵਪਾਰੀਆਂ ਤੋਂ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਵੱਲੋਂ ਰੰਗਦਾਰੀ ਮੰਗਣ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਵਿੱਚ ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਕਈ ਲੋਕਾਂ ਨੂੰ ਕਾਬੂ ਕੀਤਾ ਸੀ। ਮੇਰਾ ਨਾਮ ਦੀਵਾਨ ਚੰਦ, ਸਨ ਆਫ ਸ਼੍ਰੀ ਰੋਸ਼ਨ ਲਾਲ। ਕੀ ਮਾਮਲਾ ਹੈ? ਮਾਮਲਾ ਇਹ ਹੈ ਵੀ ਅਸੀਂ ਗਰਗ ਮੈਡੀਕਲ ਹਾਲ 'ਚ ਦਵਾਈਆਂ ਦਾ ਕੰਮ ਕਰਦੇ ਹਾਂ। ਕੱਲ੍ਹ ਸ਼ਾਮ ਨੂੰ 4:14 'ਤੇ ਸਾਡੇ ਪਾਸ ਇੱਕ ਫੋਨ ਆਇਆ ਵੀ ਮੈਂ ਪ੍ਰਦੀਪ ਸਿੰਘ ਬੋਲ ਰਿਹਾ, ਮੰਨੇ ਦਾ ਚਾਚੇ ਦਾ ਪੁੱਤ, ਅਤੇ ਮੈਂ ਸਾਨੂੰ ਪੈਸਿਆਂ ਦੀ ਲੋੜ ਹੈ, ਤੁਹਾਡੇ ਕੋਲ ਸਾਡਾ ਬੰਦਾ ਆ ਰਿਹਾ, ਜਿੰਨੇ ਪੈਸੇ ਇਹ ਮੰਗੂਗਾ ਇਹਨੂੰ ਉਨੇ ਪੈਸੇ ਦੇ ਦੇਣਾ, ਨਾ ਲੈਣ ਦੀ ਸੂਰਤ ਵਿੱਚ ਨਤੀਜੇ ਭੈੜੇ ਹੋਣਗੇ। ਉਸ ਤੋਂ ਬਾਅਦ ਮੈਂ ਉਹਨੂੰ ਬੈਕ ਕਾਲ ਕੀਤੀ ਅਤੇ ਭਾਈ ਪ੍ਰਦੀਪ ਸਿੰਘ ਬੋਲਦਾ, ਕਹਿੰਦਾ ਹਾਂਜੀ ਮੈਂ ਪ੍ਰਦੀਪ ਸਿੰਘ ਬੋਲਦਾ, ਮਹਾਂ ਮੈਂ ਪੈਸੇ ਤਿਆਰ ਕਰਕੇ ਲਈ ਬੈਠਾ, ਤੈਨੂੰ ਕਿੰਨੇ ਚਾਹੀਦੇ ਹੈ, ਤੂੰ ਦੁਕਾਨ 'ਤੇ ਆ ਜਾ ਅਤੇ ਲੈ ਜਾ। ਮੁੜ ਕੇ ਸਾਡੇ ਕੋਲ ਕੋਈ ਆਇਆ ਨਹੀਂ। ਕੀ ਮੰਗ? ਕੀ ਮੰਗ? ਉਹਨਾਂ ਨੇ ਯਾਰ ਨਹੀਂ ਕੀਤੀ ਵੀ ਸਾਨੂੰ ਕਿੰਨੇ ਚਾਹੀਦੇ। ਮੈਂ ਉਹਨਾਂ ਨੂੰ ਕਿਹਾ ਵੀ ਜਿੰਨੇ ਤੁਹਾਨੂੰ ਚਾਹੀਦੇ ਅਸੀਂ ਤਿਆਰ ਕਰੀ ਬੈਠੇ, ਆ ਕੇ ਲੈ ਜਾਓ। ਪੁਲਿਸ ਕੋਲ ਉਦੋਂ ਬਾਅਦ ਰਿਪੋਰਟ ਦਿੱਤੀ ਸੀ। ਹਾਂਜੀ, ਮੰਨਾ ਜਿਹੜਾ ਗੈਂਗਸਟਰ ਮੰਨਾ ਜੇਲ੍ਹ 'ਚ ਹੈ, ਉਹ ਪ੍ਰਦੀਪ, ਹਾਂ ਉਹਦਾ ਨਾਂ ਲਿਆ। ਹੁਣ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਦੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਜਿਹੜੇ ਕਿ ਜਨਤਾ ਨੂੰ ਪਰੇਸ਼ਾਨ ਕਰ ਰਹੇ ਆ, ਨਜਾਇਜ਼ ਤੰਗ ਕਰ ਰਹੇ ਆ। ਮੈਂ ਉਹਨੂੰ ਇਹ ਵੀ ਕਿਹਾ ਵੀ ਅਸੀਂ ਕਮਾਈ ਤੁਹਾਡੇ ਲੋਕਾਂ ਵਾਸਤੇ ਨਹੀਂ ਕਰਦੇ, ਕਮਾ ਕੇ ਖਾਇਆ ਕਰੋ, ਇਹ ਕੰਮ ਕਿੰਨਾ ਚਿਰ ਚਲਾਓਗੇ ਤੁਸੀਂ? ਅਸੀਂ ਅੱਜ ਫੈਸਲਾ ਕਰਨ ਨੂੰ ਤਿਆਰ ਬੈਠੇ ਹਾਂ ਵੀ ਆ ਜਾ ਭਾਈ ਲੈ ਜਾ, ਇੰਨੀ ਗੱਲ ਹੋ ਗਈ। ਹੁਣ ਕੋਈ ਸੁਰੱਖਿਆ ਤੁਹਾਡੀ? ਹੁਣ ਸਾਡੀ ਕੋਈ ਸੁਰੱਖਿਆ ਨਹੀਂ ਸੀ, ਸੁਰੱਖਿਆ ਆਪਣੀ ਆਪ ਕਰਾਂਗੇ। ਪੁਲਿਸ ਤੋਂ ਮੰਗ ਕਰਦੇ? ਨਹੀਂ, ਅਸੀਂ ਕੋਈ ਮੰਗ ਨਹੀਂ ਕਰਦੇ। ਮੈਂ ਪੁਲਿਸ ਨੂੰ ਇਹ ਗੱਲ ਕਹੀ ਵੀ ਸਾਨੂੰ ਅਸੀਂ ਆਪਣੀ ਸੁਰੱਖਿਆ ਆਪ ਕਰਾਂਗੇ, ਸਾਨੂੰ ਹੁਕਮ ਦਿਓ ਵੀ ਅਸੀਂ ਕਰ ਸਕੀਏ ਜੇ ਅਸੀਂ। ਹਾਂਜੀ, ਪਹਿਲਾਂ ਵੀ ਤਲਵੰਡੀ ਸਾਬੋ ਦੇ ਵਿੱਚ ਬਹੁਤ ਫਰੌਤੀਆਂ ਵਸੂਲੀਆਂ ਜਾ ਚੁੱਕੀਆਂ, ਜਿਹਦੇ 'ਚੋਂ ਇੱਕੋ ਬੰਦੇ ਨੇ ਹਿੰਮਤ ਕਰਕੇ ਪਰਚਾ ਦਰਜ ਕਰਾਇਆ, ਬਾਕੀ ਸਾਰਿਆਂ ਨੇ ਕੋਈ ਹਿੰਮਤ ਨਹੀਂ ਕੀਤੀ ਪਰਚਾ ਦਰਜ ਕਰਾਉਣ ਦੀ। ਵਿਜੇ ਕੁਮਾਰ ਨੂੰ ਇਸ ਗੱਲ ਦੀ ਦਾਤ ਦਿੰਦਾ ਮੈਂ। ਹੁਣ ਕੀ ਰੁੱਖ ਹੈ ਤੁਹਾਡਾ? ਅਗਲੀ ਕਾਰਵਾਈ ਕੀ ਮੰਗ ਕਰਦੇ? ਅਗਲੀ ਕਾਰਵਾਈ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਲੋਕਾਂ ਨੂੰ ਸਖ਼ਤ ਸਖ਼ਤ ਸਜ਼ਾ ਦਿਵਾਓ, ਅਸੀਂ ਤੁਹਾਡੇ ਨਾਲ ਕੋਆਪਰੇਸ਼ਨ ਕਰ ਰਹੇ ਹਾਂ, ਹੈਂ, ਤਾਂ ਕਿ ਲੋਕ ਇਹਨਾਂ ਦੇ ਨੱਥ ਪਾਈ ਜਾਵੇ, ਕਿਸੇ ਨੂੰ ਹੋਰ ਪਰੇਸ਼ਾਨ ਨਾ ਕਰਨ। ਫਰੌਤੀ ਦਾ ਮਾਮਲਾ ਆਇਆ, ਕੀ ਕਾਰਵਾਈ ਕੀਤੀ ਹੈ? ਕੱਲ੍ਹ 4:30 ਸ਼ਾਮ ਨੂੰ ਇੱਕ ਟੈਲੀਫੋਨ ਆਇਆ ਸੀ ਵੀ ਜਿਹੜਾ ਲੱਕੀ ਆ ਸਨ ਆਫ ਵਿਜੇ ਕੁਮਾਰ, ਉਹਦੀ ਬੱਸ ਅੱਡੇ ਦੇ ਨੇੜੇ ਸ਼ੈਂਕੀ ਗਿਫਟ ਹਾਊਸ ਆ, ਉਹਨਾਂ ਤੋਂ ਕੋਈ ਬੰਦਾ ਫਰੌਤੀ ਮੰਗ ਰਿਹਾ, ਜਿਸ ਦੇ ਤੁਰੰਤ ਹੀ ਪੁਲਿਸ ਨੇ ਹਰਕਤ 'ਚ ਆਉਂਦੇ ਇਸ ਬੰਦੇ ਨੂੰ ਕਾਬੂ ਕੀਤਾ, ਜਿਹਦਾ ਨਾਂ ਸਤਪਾਲ ਸਿੰਘ ਪੁੱਤਰ ਤੋਤਾ ਸਿੰਘ ਵਾਸੀ ਸਿੰਗੋਆ, ਜਿਸ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਹਨੂੰ ਮੁਕੱਦਮੇ 'ਚ ਗ੍ਰਿਫਤਾਰ ਕਰ ਲਿਆ। ਅੱਜ ਉਹਨੂੰ ਪੇਸ਼ ਅਦਾਲਤ ਕੀਤਾ ਜਾਊਗਾ ਅਤੇ ਜਿਸਦਾ ਪੁਲਿਸ ਰਿਮਾਂਡ ਕਰਕੇ ਹਾਸਲ ਕਰਕੇ ਹੋਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਊਗੀ, ਹੋਰ ਅੱਗੇ ਤਫਤੀਸ਼ ਨੂੰ ਰੱਖਿਆ ਜਾਊ। ਚੱਲ ਸਰ, ਕਿਹਦਾ ਨਾਮ ਲੈ ਰਿਹਾ ਸੀ ਜਾਂ ਕੋਈ ਇਹਦੇ ਕਿਸੇ ਨਾਲ ਸੰਪਰਕ ਹੈਗੇ ਨੇ, ਕੋਈ ਇਸ ਤਰ੍ਹਾਂ ਪਤਾ ਲੱਗਿਆ ਹੈ ਤਾਂ? ਇਹਨੇ ਨਾਂ ਲਿਆ ਸੀ ਕਿ ਮੈਂ ਕਿਹੜਾ ਮੰਨਾ ਗਾ, ਉਹਦਾ ਚਾਚੇ ਦਾ ਮੁੰਡਾ ਪ੍ਰਦੀਪ ਆ, ਉਹਦਾ ਕਰਕੇ ਇਸ ਤਰ੍ਹਾਂ ਫੋਨ ਕਰ ਰਿਹਾ ਇਸ ਬੰਦੇ ਨੂੰ ਵੀ ਪ੍ਰਦੀਪ ਨੇ ਮੈਨੂੰ ਭੇਜਿਆ, ਮੈਨੂੰ ਪੈਸੇ ਦਿੱਤੇ ਹਨ, ਇਹਦੇ ਨਾਲ ਅੱਗੇ ਤਫਤੀਸ਼ 'ਤੇ ਪਤਾ ਲੱਗੂਗਾ। ਸਰ, ਜਿਹੜਾ ਪੀੜਿਤ ਪਰਿਵਾਰ ਆ ਉਹਨਾਂ ਦੇ ਪਹਿਲਾਂ ਵੀ ਕੋਈ ਫਰੌਤੀ ਦਾ ਮਾਮਲਾ ਸਾਹਮਣੇ ਆਇਆ? ਪਹਿਲਾਂ ਵੀ ਇਹਨਾਂ ਤੋਂ ਸ਼ਾਇਦ ਫਰੌਤੀ ਹੋਈ ਆ, ਫਰੌਤੀ ਮੰਗੀ ਆ, ਉਹ ਵੀ ਕੇਸ ਦਰਜ ਹੋਇਆ ਸਾਡੇ 'ਚ।